ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਬੁੱਢੇ ਨਾਲੇ ਦੇ ਵਿੱਚ ਪ੍ਰਦੂਸ਼ਿਤ ਪਾਣੀ ਡਿੱਗਣ ਨੂੰ ਲੈ ਕੇ ਨਗਰ ਨਿਗਮ ਲੁਧਿਆਣਾ ਦੇ ਖਿਲਾਫ ਇੱਕ ਕੇਸ ਅਦਾਲਤ ਦੇ ਵਿੱਚ ਦਰਜ ਕੀਤਾ ਗਿਆ ਸੀ, ਪਰ ਹੁਣ ਇਹ ਕੇਸ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਵਾਪਸ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਦਾਲਤ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੋਈ ਅਤੇ PPCB ਨੇ ਆਪਣਾ ਕੇਸ ਵਾਪਸ ਲੈ ਲਿਆ। PPCB ਨੇ ਜਮਾਲਪੁਰ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਬੰਦ ਹੋਣ ਦੇ ਚਲਦੇ ਨਾਲੇ ਦੇ ਵਿੱਚ ਪ੍ਰਦੂਸ਼ਿਤ ਪਾਣੀ ਡਿੱਗਣ ਦੇ ਦੋਸ਼ਾਂ ਦੇ ਤਹਿਤ ਇਹ ਕੇਸ ਅਦਾਲਤ ਦੇ ਵਿੱਚ ਕੀਤਾ ਸੀ। ਇਸ ਮਾਮਲੇ ਦੇ ਵਿੱਚ ਮੇਅਰ ਕਮਿਸ਼ਨਰ ਸਮੇਤ ਹੋਰ ਵੀ ਕਈ ਦੋਸ਼ੀ ਸਨ, ਜਿਨ੍ਹਾਂ ਨੂੰ ਅਦਾਲਤ ਦੇ ਵੱਲੋਂ ਹੁਣ ਜ਼ਮਾਨਤ ਦੇ ਦਿੱਤੀ ਗਈ ਹੈ। ਪ੍ਰਦੂਸ਼ਣ ਬੋਰਡ ਵਾਲੇ ਆਏ ਔਰ ਕੇਸ ਵਾਪਸ ਕਰਦੇ ਉਹਨਾਂ ਜੀ ਸਰ, ਇਸ ਤੋਂ ਇਲਾਵਾ ਤੁਸੀਂ ਨੇ ਨਹਿਰੀ ਪਾਣੀ ਸਫਾਈ ਲੈ ਕੇ ਨਹਿਰੀ ਪਾਣੀ ਯੂਜ ਕਰਨ ਵਾਸਤੇ ਪ੍ਰੋਜੈਕਟ ਚਲਾ ਰਹੇ ਹੋ, ਹਾਊਸ ਵਿੱਚ ਮਤਾ ਵੀ ਲਿਆ ਜਾ ਰਿਹਾ, ਕਿਵੇਂ ਚੱਲ ਰਿਹਾ? ਸਰਫਸ ਵਾਟਰ ਬਣ ਰਹੀ ਹੈ ਵਰਲਡ ਬੈਂਕ ਤੋਂ ਲੋਨ ਲੈ ਕੇ, ਇਹ ਸਾਰੇ ਲੁਧਿਆਣੇ ਤੋਂ ਜ਼ਰੂਰਤ ਹੈ ਇਸ ਵਕਤ ਲੁਧਿਆਣੇ ਸ਼ਹਿਰ ਦੀ। ਤੋ ਡੈਪਥ ਬਹੁਤ ਜ਼ਿਆਦਾ ਹੋ ਰਹੀ ਹੈ, ਟੂਬਲ ਬਹੁਤ ਸੜ ਰਹੇ, ਜੇ 1000 ਦੇ ਉੱਪਰ ਟੂਬਲ ਹੈ ਤਾਂ ਐਕਟੀਟਰੋਰ ਦੇ ਵਿੱਚ ਬਹੁਤ ਜ਼ਿਆਦਾ ਟੂਬਲ ਸੜੇ ਨੇ, ਔਰ ਇਹ ਆਉਣ ਵਾਲਾ ਟਾਈਮ ਹੀ ਜ਼ਰੂਰੀ ਹੈ। ਠੀਕ ਹੈ, ਬਹੁਤ ਜ਼ਿਆਦਾ ਪੈਸਾ ਲੱਗਣਾ ਵਰਲਡ ਬੈਂਕ ਨੇ, ਸਾਨੂੰ ਲੋਨ 'ਤੇ ਦੇਣਾ ਹੈ ਅਤੇ ਹਾਊਸ ਦੇ ਵਿੱਚ ਰੱਖਾਂਗੇ, ਜੋ ਸਾਰੇ ਹਾਊਸ ਦੇ ਕੌਂਸਲ ਇੱਕ ਮੰਥ 'ਤੇ ਹੋਣਗੇ, ਜਿਵੇਂ ਵੀ ਕਹਿਣਗੇ ਉੱਦਾਂ ਹੈ। ਲੇਕਿਨ ਵਰਲਡ ਬੈਂਕ ਨੇ ਕਿਹਾ ਕਿ 3 ਨਵੇਂ STP ਬਣਾਓ ਅਤੇ ਪੁਰਾਣੇ ਤੁਹਾਡੇ STP ਪਹਿਲਾਂ ਹੀ ਬੰਦ ਪਏ ਨੇ, ਕਿਵੇਂ ਕਰੋਗੇ ਫਿਰ, ਰਿਪੇਅਰ ਕਰੋਗੇ ਜਾਂ? ਸੈਪਰੇਟ ਇੱਕ ਇਸ਼ੂ ਚੱਲ ਰਿਹਾ ਉੱਧਰ, ਚੰਡੀਗੜ੍ਹ ਸਾਡੀ ਮੀਟਿੰਗ ਹੋਈ ਹੈ CM ਸਾਹਿਬ ਨਾਲ, ਉਹ ਸੈਪਰੇਟ ਇਸ਼ੂ ਹੈ, ਉਹ ਬਿਲਕੁਲ STP ਨਵੇਂ ਬਣ, ਬਿਲਕੁਲ ਅਪਗ੍ਰੇਡੇਸ਼ਨ ਕਰਕੇ ਉਹ ਬਣ ਰਿਹਾ ਨਵੇਂ, ਉਹ ਬਣਗੇ ਅਤੇ ਨਾਲ ਨਾਲ ਇਹ ਜ਼ਰੂਰਤ ਹੈ। ਮੈਂ ਨਹੀਂ ਜ਼ਰੂਰ ਚਾਹ, ਜਿੰਨਾ ਮਰਜ਼ੀ ਕੋਸਟਲੀ ਹੋ ਜਾਵੇ ਪ੍ਰੋਜੈਕਟ, ਪਰ ਇਹ ਬਣਨਾ ਜ਼ਰੂਰੀ ਹੈ। ਜੋ ਵੀ ਹਾਊਸ ਫੈਸਲਾ ਹੈਗਾ ਜਲਦੀ ਇਹਦੇ ਬਾਰੇ ਮੀਟਿੰਗ ਰੱਖ ਰਹੇ ਹਾਂ, ਜਿੱਦਣ ਸੰਯਮ ਅਗਰਵਾਲ ਜੀ ਬਾਹਰ ਤੋਂ ਸਾਡੇ ਜਿਹੜੇ ਇਹ ਦੇਖਦੇ ਸਵਾਲ ਜਦੋਂ ਆਉਂਦੇ ਨੇ 20 ਤੋਂ ਬਾਅਦ ਕਿਸੇ ਦਿਨ ਮੀਟਿੰਗ ਰੱਖ। ਇਸ ਤਰ੍ਹਾਂ ਸੀ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਇੱਕ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਸੀ, ਜਿਹਦੇ ਵਿੱਚ ਮੇਅਰ ਸਾਹਿਬ, ਕਮਿਸ਼ਨਰ ਕਾਰਪੋਰੇਸ਼ਨ, ਅਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਦੇ ਜਿਹੜੇ ਹੋਰ ਇੰਪਲਾਈ, ਸਾਡੇ ਆਫਿਸਰਜ਼, ਐਕਸੀਅਨ, SC, ਇਹਨਾਂ ਸਾਰਿਆਂ ਨੂੰ ਕੋਰਟ ਨੇ ਸੰਮਨ ਕੀਤਾ ਸੀਗਾ। ਅੱਜ 3 ਤਰੀਕਾਂ ਤੋਂ ਬਾਅਦ ਕੋਰਟ ਨੇ, ਪੋਲਿਊਸ਼ਨ ਕੰਟਰੋਲ ਬੋਰਡ ਨੇ ਅੱਜ ਉਹ ਕੰਪਲੇਂਟ ਜਿਹੜੀ ਆ ਵਾਪਸ ਲੈ ਲਈ, ਜਿਹੜੇ ਸਾਡੇ ਸਾਰੇ ਹੀ ਆਫਿਸਰ ਸਾਹਿਬਾਨ ਸੀਗੇ, ਸਾਰਿਆਂ ਨੂੰ ਕੋਰਟ ਨੇ ਬੜੇ ਇੱਜ਼ਤ ਦੇ ਨਾਲ, ਮਾਣ ਦੇ ਨਾਲ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ। ਸੋ ਕੇਸ ਇਹ ਸੀਗਾ ਕਿ ਜਿਹੜਾ ਤਾਜਪੁਰ ਰੋਡ ਦੇ ਉੱਪਰ ਬੁੱਢੇ ਨਾਲੇ ਦੇ ਉੱਪਰ ਇੱਕ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਸੀ, ਵਾਟਰ ਟ੍ਰੀਟਮੈਂਟ ਪਲਾਂਟ STP ਲੱਗਿਆ ਹੋਇਆ ਸੀਗਾ, ਉਹ ਵੀ ਠੀਕ ਤਰੀਕੇ ਨਾਲ ਫੰਕਸ਼ਨ ਨਹੀਂ ਕਰ ਰਿਹਾ ਸੀ। ਉਹਦੇ ਵਿੱਚ ਕਾਰਪੋਰੇਸ਼ਨ ਦੀ ਕੋਈ ਗਲਤੀ ਨਹੀਂ ਸੀਗੀ, ਕਾਰਪੋਰੇਸ਼ਨ ਦਾ ਕੋਈ ਵੀ ਫਾਲਟ ਨਹੀਂ ਸੀਗਾ। ਉਹ ਕੋਰਟ ਨੇ ਉਹਨਾਂ ਨੇ ਜਿਹੜੀ ਇੱਕ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਸੀ, ਇੱਕ ਝੂਠੀ ਕੰਪਲੇਂਟ ਉਹ ਫਾਈਲ ਕੀਤੀ ਸੀ ਜਿਹੜੀ ਕਿ ਮਹਿਕਮੇ ਨੇ ਵਿਦਡਰਾਅ ਕਰ ਲਈ, ਔਰ ਹੁਣ ਉਹਦੇ ਵਿੱਚ ਮੇਅਰ ਸਾਹਿਬ ਨੂੰ, ਕਮਿਸ਼ਨਰ ਸਾਹਿਬ ਨੂੰ, ਇਹਨਾਂ ਨੂੰ ਕੋਰਟ ਨੇ ਬਾਇਜ਼ਤ ਜਿਹੜਾ ਹੈ ਡਿਸਚਾਰਜ ਕਰ ਦਿੱਤਾ ਹੈ। ਪੋਲਿਊਸ਼ਨ ਬੋਰਡ ਨੇ ਕੁਝ ਕਿਹਾ ਨੇ? ਪੋਲਿਊਸ਼ਨ ਕੰਟਰੋਲ ਬੋਰਡ ਨੇ ਕੁਝ ਨਹੀਂ ਕਿਹਾ, ਉਹਨਾਂ ਨੇ ਸਿੰਪਲ ਆਪਣਾ ਜਿਹੜਾ ਕੇਸ ਸੀਗਾ ਵਾਪਸ ਲੈ ਲਿਆ ਕਿ ਅਸੀਂ ਆਪਣਾ ਕੇਸ ਚਲਾਉਣਾ ਨਹੀਂ ਚਾਹੁੰਦੇ, ਅਸੀਂ ਆਪਣਾ ਕੇਸ ਵਾਪਸ ਲੈਣੇ ਆ। ਸੋ ਉਹਨਾਂ ਦੇ ਬਿਆਨ ਇਹ ਦੇਣ ਤੋਂ ਬਾਅਦ ਕੋਰਟ ਨੇ ਜਿਹੜੇ ਮੇਅਰ ਸਾਹਿਬ ਔਰ ਕਮਿਸ਼ਨਰ ਸਾਹਿਬ ਨੂੰ ਡਿਸਚਾਰਜ ਕਰ ਦਿੱਤਾ ਇਸ ਕੇਸ ਦੇ ਵਿੱਚੋਂ। ਸਰ ਕੁੱਲ ਕਿੰਨੇ ਇੱਕ ਦੋਸ਼ੀ ਬਣਾਏ ਸਨ ਮੇਅਰ ਕਮਿਸ਼ਨਰ? ਕੁੱਲ ਟੋਟਲ 8 ਇਹਦੇ ਵਿੱਚ ਆਦਮੀ ਵਿਅਕਤੀ ਸੀਗੇ ਜਿਹੜੇ ਦੋਸ਼ੀ ਬਣਾਏ ਹੋਏ ਸੀਗੇ, ਵਿੱਚ ਮੇਅਰ ਸਾਹਿਬ ਸੀਗੇ, ਕਮਿਸ਼ਨਰ ਸਾਹਿਬ ਸੀਗੇ, ਸੁਪਰਡੈਂਟ ਇੰਜੀਨੀਅਰ ਸੀਗੇ, ਐਕਸੀਅਨ ਸੀਗੇ, SDO ਸੀਗੇ, ਔਰ 2 ਕੋਈ ਪ੍ਰਾਈਵੇਟ ਬੰਦੇ ਸੀਗੇ। ਬੜੀ ਵੱਡੀ ਰਾਹਤ ਦੀ ਗੱਲ ਹੈ। ਬਿਲਕੁਲ ਜੀ, ਬਿਲਕੁਲ ਬਹੁਤ ਵੱਡੀ ਰਾਹਤ ਦੀ ਗੱਲ ਹੈ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।